ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਅੱਜ ਲੈ ਕੇ ਆਇਆ ਵਾਂ ਲੋਕਲ ਫਨਕਾਰਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ। ਅੱਗੇ ਇੱਕ ਪਾਰਟੀ ਨੂੰ ਮੈਂ ਢੋਲ ਪਾਰਟੀ ਨੂੰ ਇੰਟਰਡਿਊਸ ਕਰਵਾਇਆ ਸੀ, ਔਰ ਹੁਣ ਮੈਂ ਤੁਹਾਡੇ ਨਾਲ ਇੰਟਰਡਿਊਸ ਕਰਵਾਉਣ ਜਾ ਰਿਹਾ ਵਾਂ। ਭਾਈ ਹੁਰੀ ਆਪਣਾ ਨਾਮ ਦੱਸਦੇ ਨੇ। ਅਸਲਾਮ ਅਲੈਕੁਮ ਜੀ, ਸਭ ਤੋਂ ਪਹਿਲੇ ਮੇਰੀ ਆਪ, ਔਰ ਮੇਰਾ ਨਾਮ ਹੈ ਜ਼ਾਇਦ ਹੁਸੈਨ ਕਾਦਰ ਇਕਬਾਲ ਜੀ, ਅਕੀਲ ਹੁਸੈਨ। ਇਹ ਦੋਵੇਂ ਮੇਰੇ ਪਿਆਰੇ ਲਾਹੌਰ ਨਾਲ ਤਲਕ ਰੱਖਦੇ ਨੇ, ਲਾਹੌਰੀਏ ਨੇ, ਅਤੇ ਅਸੀਂ ਸਟਾਰਟ ਲੈਂਦੇ ਹਾਂ ਜੀ ਇੱਕ ਕਵਾਲੀ ਤੋਂ। ਠੀਕ ਹੈ ਜੀ, ਕਵਾਲੀ ਜਿਹੜੀ ਹੈ ਉਹਦੇ ਤੋਂ ਸਟਾਰਟ ਲਵਾਂਗੇ, ਔਰ ਅਸੀਂ ਤੁਹਾਨੂੰ ਡਿਫਰੈਂਟ ਜਿਹੜੇ ਨੇ ਉਹ ਸੁਣਾਵਾਂਗੇ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਏਗਾ ਜੀ। ਸ਼ੁਰੂ ਕਰੋ ਜੀ। ਕਿਸਮਤ ਮੇਂ ਮੇਰੀ ਕਿਸਮਤ ਮੇਂ ਮੇਰੀ ਚੈਨ ਸਜੀ ਨਾ ਲਿਖ ਦੇ, ਡੂਬੇ ਨਾ ਕਭੀ ਮੇਰਾ ਸਫੀਨਾ ਲਿਖ ਦੇ, ਜੰਨਤ ਵੀ ਗਵਾ ਤਕਦੀਰ ਮਦੀਨਾ ਲਿਖ ਦੇ। ਕਾਲ ਕਮਲੀ ਮੇਂ ਜ਼ੀਸ਼ਾਨ ਨਜ਼ਰ ਆਤਾ ਹੈ, ਦੋਨੋ ਆਲਮ ਕਾ ਨਿਗਹਿਬਾਨ ਨਜ਼ਰ ਆਤਾ ਹੈ। ਫਰਸ਼ ਪੇ ਟੂਟੀ ਚਟਾਈ ਹੈ ਵਿਛੋਨਾ ਜਿਨ ਕਾ, ਅਰਸ਼ ਆਜ਼ਮ ਕਾ ਮਹਿਮਾਨ ਨਜ਼ਰ ਆਤਾ ਹੈ। ਤਾਜਦਾਰੇ ਹਰ ਹੋ ਨਿਗਾਹੇ ਕਰਮ ਹੋ ਕਰਮ, ਤਾਜਦਾਰੇ ਹਰ ਹੋ ਨਿਗਾਹੇ ਕਰਮ, ਕਰਮ ਕਰੋ ਕਰਮ ਆਜ ਕਰੇ ਦਸ਼ੋ ਆਵਾ
कब है सदा मदीने में तजल्लियों की है, कब है सदा मदीने में निगाह शौक की है तहा मदीने में, निगाह शौक की है तहा मदीने में, नमाज इश्क अदा करेंगे मदीने में, नमाज इश्क अदा करेंगे मदीने में, इधर उधर ना भटकते फिर खुदा के लिए, खुदा वालों खुदा खुद रहते हैं मदीने मदीने मदीने, चले आओ मदीने चले आओ, मोहम्मद ना होते तो कुछ भी ना होता, मोहम्मद ना होते तो कुछ भी ना होता, मोहम्मद ना होते तो क्या क्या ना होता, मोहम्मद ना होते तो क्या क्या ना होता, मोहम्मद की जलवा नवाई ना होती, मोहम्मद की जलवा नवाई ना होती, तो दावान में रोशनाई ना होती।